ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਹੁਕਮਾਂ ਤੋਂ ਬਾਅਦ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਅਧਿਕਾਰੀਆਂ ਨੂੰ ਨਾਲ ਲੈ ਕੇ ਇਲਾਕੇ 'ਚ ਪੈਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਜਿੱਥੇ ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ, ਉੱਥੇ ਹੀ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਨੂੰ ਜ਼ਰੂਰ ਸਿਰੇ ਚੜਾਇਆ ਜਾਵੇਗਾ ਅਤੇ ਕਿਸਾਨਾਂ ਦੀ ਸਾਰ ਲਈ ਜਾਵੇਗੀ ਅਤੇ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਉਸ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਉਨਾ ਕਹਿਾ ਕੀ ਸਰਕਾਰ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ ਤੇ ਇਸ ਤੋਂ ਪਹਿਲਾਂ ਵੀ ਸਰਕਾਰ 2020-21 ਦੇ ਮੁਆਵਜ਼ੇ ਜਾਰੀ ਕਰ ਚੁੱਕੀ ਹੈ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਹਰ ਹਲਕੇ ਦਾ ਐਮਐਲਏ ਜਾਂ ਮੰਤਰੀ ਖੇਤਾਂ ਦੇ ਵਿੱਚ ਜਾਏਗਾ ਕਣਕ ਦੀ ਖਰਾਬ ਫਸਲ ਦਾ ਜਾਇਜ਼ਾ ਲਏਗਾ ਤੇ ਵਿਸਾਖੀ ਤੱਕ ਜਿਹੜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਉਹਨਾਂ ਦਾ ਮੁਆਵਜ਼ਾ ਪਾਇਆ ਜਾਵੇਗਾ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਰੈਵਨਿਊ ਡਿਪਾਰਟਮੈਂਟ ਵੀ ਤੁਹਾਡੇ ਵੱਲੋਂ ਆ ਦੇਖੋ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਹੜਾ ਆਦੇਸ਼ ਹੈ ਉਹਨੂੰ ਸਾਡੇ ਦੇ ਸਿਰ ਮੱਥੇ ਤੇ ਹਰ ਵੇਲੇ ਅਸੀਂ ਹਾਜ਼ਰ ਰਹਿੰਨੇ ਸਾਰਾ ਸਾਰੇ ਸਾਡੇ ਮਨਿਸਟਰ ਸਹਿਬਾਨ ਐਮ ਐਲ ਐਸ ਸਭਨ ਗਰਾਉਂਡ ਦੇ ਉੱਤੇ ਜਾ ਕੇ ਕਰਦੇ ਆ। ਇਸ ਲਈ ਮੈਂ ਤੁਹਾਨੂੰ ਇੱਕ ਕੰਡੀਸ਼ਨ ਗੱਲ ਦੱਸਣਾ ਚਾਹਨਾ 2019-20 ਦੇ ਮੁਆਵਜ਼ੇ ਪੁਰਾਣੀਆਂ ਸਰਕਾਰਾਂ ਨੇ ਨਹੀਂ ਦਿੱਤੇ। ਸਿਰਫ ਮੁੱਖ ਮੰਤਰੀ ਜੀ ਨੇ ਆਂਦਿਆਂ ਸਭ ਤੋਂ ਪਹਿਲਾਂ 150 ਕਰੋੜ ਰੁਪਏ ਦੇ ਮੁਆਵਜ਼ੇ ਫਜ਼ਿਲਕਾ ਬੈਲਟਾਂ ਦੇ ਜਿੱਥੇ ਪੂਰੇ ਲੋਕਾਂ ਦੇ ਘਰ ਡੁੱਬ ਗਏ ਸੀ, ਫਸਲਾਂ ਡੁੱਬ ਗਈਆਂ ਸੀ, ਖੇਤ ਡੁੱਬ ਗਏ ਸੀ ਸਾਰੇ ਉਹਨਾਂ ਨੇ ਦਿੱਤੇ। ਔਰ ਹੁਣ ਜਿੱਦਾਂ ਹੀ ਉਹਨਾਂ ਨੂੰ ਇਹ ਲੱਗਾ ਉਹਨਾਂ ਨੇ ਅੱਜ ਤੋਂ 10 ਦਿਨ ਪਹਿਲਾਂ ਵੀ ਏਰੀਆ ਦੇ ਵਿੱਚ ਗਦਾਬਰੀ ਦੇ ਆਰਡਰ ਕਰ ਦਿੱਤੇ ਸੀ ਆਪਣੇ ਇਲਾਕੇ ਦੇ ਜਿੱਥੇ ਪਹਿਲਾਂ ਗੜੇਮਾਰੀ ਹੋਈ ਸੀ ਜਾਂ ਬਰਬਾਦ ਹੋਈ ਸੀ ਔਰ ਮੈਂ ਆਪਣੇ ਲੈਵਲ ਦੇ ਉੱਤੇ ਕੱਲ ਆੰਦਿਆ ਪਿੰਡ ਸ਼ੇਰਗੜ ਵਗੈਰਾ ਦੇ ਇਲਾਕੇ ਦੀ ਲੰਗਦੇ ਲੰਗਦੇ ਕਰਕੇ ਆਇਆ ਸੀ ਅੱਜ ਮੈਂ ਸਵੇਰੇ ਤਕਰੀਬਨ 7 ਵਜੇ ਤੋਂ ਸਾਰੇ ਮਾਲ ਅਫਸਰਾਂ ਸਮੇਤ ਸੀ ਇਲਾਕੇ ਦੇ ਪਿੰਡ ਚੋਹਾਲ ਰਵਿਦਾਸਨਗਰ ਚੋਹਾਲ ਸਲੇਰਨ ਦੇ ਨਾਲ ਲੱਗਦਾ ਇਲਾਕਾ ਫਿਰ ਤੁਹਾਡਾ ਥੱਥਲਾ ਫਿਰ ਬੱਸੀ ਗੁਲਾਮ हुसैन ਟਰੋਲੀ ਰਸਤੇ ਲੱਕ ਸਾਰੇ ਪਿੰਡ ਅਸੀਂ ਜਾ ਕੇ ਅਪ ਖੇਤਾਂ ਵਿੱਚ ਵੜ ਕੇ ਜਾ ਕੇ ਦੇਖ ਕੇ ਇਹ ਨਹੀਂ ਕਿ ਅਸੀਂ ਬਾਹਰੋਂ ਖੜੇ ਹੋ ਕੇ ਖੇਤ ਦੇਖ ਲਿਆ ਅਸੀਂ ਖੇਤ ਤੇ ਗਏ ਆ ਇਲਾਕੇ ਦੇ ਲੋਕਾਂ ਨਾਲ ਲਿਆ ਸਰਪੰਚ ਨੂੰ ਨਾਲ ਲਿਆ ਅੱਪ ਜਾ ਕੇ ਉੱਥੇ 10-10 ਮਿੰਟ 15-15 ਮਿੰਟ ਲੋਕਾਂ ਦੇ ਵਿੱਚ ਲਾਏ ਆ ਔਰ ਨਿਸ਼ਚਿਤ ਰਣਾ ਸਰਕਾਰ ਦੀ ਕਾਰਵਾਈ ਜਿਹੜੀ ਹੈ ਕਿਉਂਕਿ ਗਰਾਊਂਡ ਲੈਵਲ ਦੀ ਹੈ ਔਰ ਇਹਦੇ ਚ ਕਹਿੰਦੇ ਨਾ ਸਰਕਾਰ ਦੀ ਨੀਅਤ ਬਹੁਤ ਅੱਛੀ ਆ ਸੋ ਜੋ ਕਿਸੇ ਦਾ ਬੰਦਾ ਨੁਕਸਾਨ ਹੋਊਗਾ ਉਹਨੂੰ ਜ਼ਰੂਰ ਜਲਦ ਤੋਂ ਜਲਦ ਦਿੱਤਾ ਜਾਵੇ ਸਰ ਇੱਕ ਟਰਾਂਸਪੈਰੈਂਸੀ ਬਹੁਤ ਵੱਡਾ ਮੁੱਦਾ ਹੁੰਦਾ ਕਿ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾਵੇ ਤਾਂ ਜਿਹੜਾ ਸਹੀ ਪੀੜਤ ਆ ਉਹਦੇ ਤੱਕ ਜਿਹੜਾ ਮੁਆਵਜ਼ਾ ਪਹੁੰਚਾਇਆ ਜਾਵੇ ਬਿਲਕੁਲ ਬੰਦੀਆਂ ਸਮੇਂ ਬਹੁਤ ਤਾਦਲੀਆਂ ਹੁੰਦੇ ਰਹੀਆਂ ਨੇ ਜਿਹੇ ਮਾਮਲੇ ਦੇ ਦੇਖੋ ਅਗਰ ਐਮਐਲਏ ਸਹਿਵਾਨ ਨੂੰ ਕਿਹਾ ਗਿਆ ਵੀ ਤੁਸੀਂ ਇਲਾਕਿਆਂ 'ਚ ਜਾਣਾ ਜਾਂ ਮਿਨਿਸਟਰ ਸਹਿਵਾਨ ਨੂੰ ਗਿਆ ਗਿਆ ਉਹਦਾ ਕਾਰਨ ਹੀ ਇਹ ਆ ਵੀ ਅਸਰ ਨੂੰ ਵੀ ਪਤਾ ਹੋਵੇ ਇਸ ਗੱਲ ਦਾ ਪਹਿਲੀ ਸਰਕਾਰਾਂ ਨੇ ਕਿੰਨੇ ਕਿੰਨੇ ਕਹਿੰਦੇ ਮਲ ਇਸੀ ਕਰਕੇ ਭੇਜਿਆ ਗਿਆ ਸਾਰਿਆਂ ਨੂੰ ਕੋਈ ਬੰਦਾ ਪੀੜਤ ਆਦਮੀ ਰਵੇ ਨਾ ਉਹਦਾ ਡਾਟਾ ਸਰਕਾਰ ਦੇ ਕੋਲ ਪਹੁੰਚ ਕੇ ਅਫਸਰ ਉਹਦਾ ਪਛਾਨ ਸਰਕਾਰ ਕੋਲ ਉਹਦਾ ਜਿਹੜਾ ਬੰਦਾ ਮੁਆਵਜ਼ਾ ਦਿੱਤਾ ਜਾਏ